ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੁਹਾਡੀਆਂ ਮੁਬਾਰਕਾਂ ਸਾਰਿਆਂ ਨੂੰ ਜਿਹੜੇ ਪੀ ਟੈਟ ਦੀ ਵੇਟ ਕਰ ਰਹੇ ਸੀ ਤੇ ਪੰਜਾਬ ਰਾਜ ਅਧਿਆਪਕ ਯੋਗਤਾ ਜਿਹੜਾ ਟੈਸਟ ਹੁੰਦਾ ਤੁਹਾਡਾ ਪੀਐਸ ਟੈਟ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਅਖਬਾਰਾਂ ਵਿੱਚ ਆ ਚੁੱਕਿਆ ਠੀਕ ਹੈ ਜੀ ਅੱਜ ਹੀ ਆਇਆ ਇਹ ਅੱਜ 16 ਤਰੀਕ ਹੈ 16 ਅਕਤੂਬਰ ਤੇ ਜੇ ਕੀ ਦੱਸਿਆ ਇਹਦੇ ਚ ਤਾਂ ਸਾਰਾ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ ਤੇ ਫੇਕ ਨਹੀਂ ਹੈਗਾ ਕਿ ਜਿਹੜੇ ਆਪਣੇ ਨਾਲ ਚੈਨਲ ਤੋਂ ਪਹਿਲਾਂ ਤੋਂ ਜੁੜੇ ਆ ਉਹਨਾਂ ਨੂੰ ਪਤਾ ਕਿ ਆਪਾਂ ਕੋਈ ਵੀ ਇਨਫੋਰਮੇਸ਼ਨ ਵਿਊ ਦੇ ਚੱਕਰਾਂ 'ਚ ਜਾਂ ਆਪਦੇ ਲਾਈਕ ਸਬਸਕ੍ਰਾਈਬ ਵਧਾਉਣ ਦੇ ਲਈ ਕਦੇ ਵੀ ਕੋਈ ਆਪਾਂ ਫੇਕ ਨਿਊਜ਼ ਆ ਜਿਹੜੀ ਆਪਣੇ ਚੈਨਲ ਤੇ ਨਹੀਂ ਦਿੱਤੀ ਹੈਗੀ ਠੀਕ ਹੈ ਜੀ ਸੋ ਇਹ ਆਫੀਸ਼ਲ ਆ ਜਿਹੜਾ ਉਹ ਸਾਈਟ ਤੇ ਆਉਣਾ ਇਸ ਐਡਵਰਟਾਈਜ਼ਮੈਂਟ ਆ ਗਈ ਠੀਕ ਹੈ ਇਹਦੋਂ ਆਫੀਸ਼ਲ ਅਪਡੇਟ ਹੋ ਗਿਆ ਅੱਜ ਹੋ ਜਾਣਾ ਕਿਉਂਕਿ 16 ਅਕਤੂਬਰ ਇਹਨਾਂ ਨੇ ਮੈਂਸ਼ਨ ਕਰੀਆ ਤਾਰੀਖ ਠੀਕ ਹੈ ਜੀ ਤੁਹਾਨੂੰ ਪੜਕੇ ਸੁਣਾਉਣੀ ਹੈ ਰਾਜ ਅਧਿਕਾਰ ਜੋਗਤਾ ਖੋਜ ਤੇ ਸਿਕਲਾਈ ਪ੍ਰਿਸ਼ਦ ਪੰਜਾਬ ਮੇਨ ਸੂਚਨਾ ਜਿਹੜੀ ਆਪਾਂ ਪੜ੍ਹਦੇ ਆਂ ਪੰਜਾਬ ਰਾਜ ਅਧਿਆਪਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪੀਐਸਟੈਟ ਮਿਤੀ 112 11 2024 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ 11 ਯਾਨੀ ਕਿ 1 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਠੀਕ ਹੈ ਯੋਗ ਉਮੀਦਵਾਰ ਵੈਬਸਾਈਟ ਹੈ ਜਿਹੜੀ ਇਸ ਤੇ psst.pscvi .ac.in ਤੇ ਜਾ ਕੇ ਚੈੱਕ ਕਰ ਸਕਦੇ ਆ ਮਿਤੀ 16 10 2024 10 ਨਵੰਬਰ ਚੱਲਿਆ 16 ਤਰੀਕਾ ਅੱਜ ਅੱਜ ਤੋਂ ਕਹਿੰਦੇ ਆਨਲਾਈਨ ਅਪਲਾਈ ਸ਼ੁਰੂ ਹੋ ਜਾਣਾ ਤੇ 4 ਤਰੀਕਾ ਜਿਹੜੀ ਲਾਸਟ ਆ ਜੀ 11ਵੇਂ ਮਹੀਨੇ ਦੀ 4 ਨਵੰਬਰ ਲਾਸਟ ਹੈ ਸ਼ਾਮ 11 ਵਜੇ ਤੱਕ ਰਾਤ 11 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਇਸ ਟੈਸਟ ਲਈ ਆਨਲਾਈਨ ਅਪਲਾਈ ਜਿਹੜਾ ਹੈ ਤੁਸੀਂ ਇਸ ਤਰੀਕ ਤੱਕ ਕਰਨਾ ਚਾਹ 4 ਨਵੰਬਰ ਤੱਕ ਤੇ ਪ੍ਰੀਖਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਨੂੰ ਗਾਈਡਲਾਈਨਸ ਆ ਜਿਹੜੀ ਤੇ ਉਹ ਫੀਸ ਸੰਬੰਧੀ ਆ ਜਾਂ ਤੁਹਾ ਯੋਗਤਾ ਸਾਰੀ ਐ ਬਾਕੀ ਵੈਸੇ ਤਾਂ ਪਤਾ ਹੀ ਆ ਤੁਹਾਨੂੰ ਜਿਹੜੇ ਪਹਿਲਾਂ ਤੋਂ ਪੇਪਰ ਦਿੰਨੇ ਹੋ ਕੁਝ ਨਵੇਂ ਕੈਂਡੀਡੇਟ ਨੇ ਇੱਕ ਵਾਰੀ ਉਹ ਸਾਰੀਆਂ ਗਾਈਡਲਾਈਨ ਜ਼ਰੂਰ ਚੈੱਕ ਕਰ ਲੈਣ ਯੋਗਤਾ ਫੀਸ ਸਾਰਾ ਕੁਝ ਤੁਹਾਨੂੰ ਉਹਦੇ ਤੇ ਸ਼ੋ ਹੋਊਗਾ ਇਹ ਆਫੀਸ਼ੀਅਲ ਵੈਬਸਾਈਟ ਐ ਤੇ ਇਹਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਤੇ ਮਤਲਬ ਸਮੇਂ-ਸਮੇਂ ਤੇ ਵੈਬਸਾਈਟ ਨੂੰ ਚੈੱਕ ਕਰਦੇ ਰਹਿਣਾ ਕਿਉਂਕਿ ਬਹੁਤ ਨਾ ਸ਼ਰਾਰਤੀ ਅਨਸਰ ਹੁੰਦੇ ਆ ਕੋਈ ਫੇਰ ਨਿਊਜ਼ ਬਣਾ ਕੇ ਛੱਡ ਦਿੰਦੇ ਆ ਇਸ ਤਰ੍ਹਾਂ ਦੀ ਪੀ ਟੈਟ ਨੂੰ ਲੈ ਕੇ ਫਿਰ ਉਹਦੇ ਨਾਲ ਹੀ ਆਪਾਂ ਨੂੰ ਖੱਜਲ ਖਵਾਰੀ ਕਾਫੀ ਹੁੰਦੀ ਹੈ ਤੇ ਇਹ ਫੇਕ ਨਹੀਂ ਹੈਗਾ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਦਿਖਾ ਦੇਣਾ ਵੈਸੇ ਅਖਬਾਰ ਦਾ ਹੀ ਸਕਰੀਨਸ਼ਾਟ ਹੈ ਵੀ ਤੇ ਆਹ ਦੇਖ ਲਿਓ ਇੱਕ ਇਹ ਹੋਰ ਅਖਬਾਰ ਦਾ ਆਹ ਸਾਈਡਾ ਤੇ ਥੋੜੀ ਜੀ ਨਿਊਜ਼ ਲਈ ਹੈ ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਇਹ ਫੇਕ ਨਹੀਂ ਹੈਗਾ ਵੈਸੇ ਤੁਹਾਨੂੰ ਅੱਜ ਕਲੀਅਰ ਹੀ ਹੋ ਜਾਣਾ ਕਿਉਂਕਿ ਅਜੇ ਮੈਂ ਪਹਿਲਾਂ ਓਪਨ ਕਰਕੇ ਦੇਖੀ ਸੀ ਸਾਈਟ ਅਜੇ ਅਪਲਾਈ ਹੋਣ ਨਹੀਂ ਸੀ ਲੱਗਿਆ ਪਰ 16 ਅਕਤੂਬਰ ਇਹਨਾਂ ਨੇ ਮੈਂਸ਼ਨ ਕਰੀ ਹੈ ਠੀਕ ਹੈ ਜੀ ਤੇ ਪੀਟੈਡ ਦੀ ਜਿੰਨੇ ਵੀ ਕੈਂਡੀਡੇਟ ਤਿਆਰੀ ਕਰ ਰਹੇ ਨੇ ਪੀਟੈਡ ਦੀਆਂ ਆਪਣੀਆਂ ਪਲੇਲਿਸਟਾਂ ਬਣੀਆਂ ਹੋਈਆਂ ਬਹੁਤ ਵਧੀਆ ਢੰਗ ਦੇ ਨਾਲ ਆਪਾਂ ਤਿਆਰੀ ਕਰ ਰਹੇ ਹਾਂ ਜੀਓਗ੍ਰਾਫੀ ਦੀਆਂ ਘੰਟੇ-ਘੰਟੇ ਦੀਆਂ ਥਿਊਰੀਆਂ ਜਿਦੇ ਵਿੱਚ ਤੁਹਾਨੂੰ ਏ ਟੂ ਜ਼ेड ਸਵਾਲ ਕਲੀਅਰ ਹੋਣਗੇ ਜਿਹੜਾ ਵੀ ਕਨਸੈਪਟ ਤੁਸੀਂ ਪੜ੍ਹਨ ਲੱਗੋਗੇ ਸਾਰੇ ਕਨਸੈਪਟ ਤੁਹਾਨੂੰ ਉਹਦੇ ਕਲੀਅਰ ਹੋ ਜਾਣਗੇ ਠੀਕ ਹੈ ਜੀ ਪਲੇਲਿਸਟਾਂ ਬਣੀਆਂ ਹੋਈਆਂ ਨੇ 6ਵੀਂ ਤੋਂ ਲੈ ਕੇ 8ਵੀਂ ਤੱਕ ਜਿਹੜੀ ਕਲਾਸ ਹੈ ਉਹਨਾਂ ਦੇ ਐਮਸੀਕਿਊ ਨੇ ਜਿਹੜੇ ਇੰਪੋਰਟੈਂਟ ਐਮਸੀਕਿਊ ਠੀਕ ਉਹ ਵੀ ਮੈਂ ਅਪਲੋਡ ਕੀਤੇ ਹੋਏ ਨੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਤੇ ਬਾਰ ਬਾਰ ਪੁੱਛੇ ਜਾ ਰਹੇ ਪੋਲੀਟਿਕਲ ਦੇ ਹਿਸਟਰੀ ਦੇ ਸਵਾਲ ਉਹ ਵੀ ਆਪਾਂ ਅਪਲੋਡ ਕੀਤੇ ਹੋਏ ਨੇ ਕੰਟੀਨਿਊ ਕਲਾਸਾਂ ਆਪਣੀ ਅੱਜ ਤੋਂ ਫੇਰ ਚੱਲ ਰਹੀਆਂ ਨੇ ਸੋ ਸਾਰੇ ਜਣੇ ਉਹ ਜਾ ਕੇ ਜਰੂਰ ਜੁਆਇਨ ਕਰਿਓ ਮੈਂ ਆਪਣੇ ਚੈਨਲ ਤੇ ਤੁਹਾਨੂੰ ਇਹ ਰეკਮੈਂਡ ਕਰਦਾ ਹਾਂ ਕਿ ਅਗਰ ਤੁਸੀਂ ਪੀ ਪੀਐਸ ਟੈਟ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਲਿੰਕ ਦਿਨਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀਆਂ ਵੀ ਆਪਣੇ ਪੀ ਟੈਟ ਨਾਲ ਸੰਬੰਧਿਤ ਵੀਡੀਓ ਨੇ ਅਦਰਵਾਈਜ਼ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਆਪਣੀ ਅਪਲੋਡ ਵੀਡੀਓ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਦਾ ਸਾਰਿਆਂ ਨੂੰ 올 ਦਾ ਵੈਸਟ ਤਿਆਰੀ ਸ਼ੁਰੂ ਕਰਦੇ ਹੋ ਜੋਰਾਂ ਸੋਰਾਂ ਦੇ ਨਾਲ ਅੱਜ ਤੋਂ ਠੀਕ ਹੈ ਜੀ ਸਸੀ ਕੱਲ ਸਾਰਿਆਂ ਨੂੰ ਅਗਲੀ ਅਪਡੇਟ ਤੱਕ ਫਿਰ ਆਪਾਂ ਫਿਰ ਮਿਲਦੇ ਹਾਂ